ਇੱਕ ਯਾਰ ਇੱਥੇ ਨਾ ਵੀਡੀਓ ਬਹੁਤ ਲੀਕ ਕਰਦੇ ਆ ਸ਼ੂਟ ਤੋਂ ਅਸੀਂ ਦੇਖ ਲਓ ਕੁਛ ਵੀ ਨਹੀਂ ਪਾਉਂਦੇ ਪਰ ਪਤਾ ਨਹੀਂ ਚਲੋ ਪਿਆਰ ਕਰਨ ਵਾਲੇ ਹੁੰਦੇ ਆ ਉਹ ਦੂਰ ਖੜ ਖੁੜ ਕੇ ਫੋਟੋ ਫੋਟੋ ਪਾ ਦਿੰਦੇ ਇੱਦਾਂ ਹੁੰਦੀਆਂ ਮਿਹਨਤਾਂ ਦਿਨੇ ਸ਼ੂਟਿੰਗਾਂ ਤੇ ਰਾਤ ਨੂੰ ਐਡੀਟਿੰਗਾਂ ਮੈਂ ਨਾ ਫੁਟੇਜ ਵੀ ਦਿਖਾਣੀ ਹੈ ਮਾੜੀ ਦਿਖਾ ਦਈਏ ਮੂਸ ਟੇਪ ਨੇ ਬੰਦਿਆਂ ਦੀ ਨੀਂਦ ਅੜਾਈ ਪਈ ਹੈ ਬੰਬੀ ਹੋਣੇ ਆਪਣੇ ਕੋਲੇ ਕੋਈ ਟੈਲੈਂਟ ਨਹੀਂ ਹੈਗਾ ਨਾ ਸੁਰਾਂ ਨਾ ਕੁਝ ਹੋਰ ਆਪਣੇ ਕੋਲੇ ਸਿਰਫ ਐਟੀਟਿਊਡ ਆ ਪੋਜ਼ਿਟਿਵ ਐਟੀਟਿਊਡ ਨੈਗੇਟਿਵ ਨਹੀਂ ਇਹ ਇੱਕੋ ਹੀ ਚੀਜ਼ ਹੈ ਜੇ ਨੈਗੇਟਿਵ ਹੋਊਗੀ ਤਾਂ ਡੁੱਬ ਜਾਂਦਾ ਪੋਜ਼ਿਟਿਵ ਹੋਊਗੀ ਤਾਂ ਚੜ ਜਾਂਦਾ ਪੋਜ਼ਿਟਿਵ ਹੈਗਾ ਆਪਣੇ ਕੰਮ ਮੰਨੀ ਲੋਕ ਬਥੇਰਾ ਕੁਝ ਬੋਲਣਗੇ ਵੀ ਤੂੰ ਐਂ ਕਰਦਾ ਉਹ ਕਰਦਾ ਇਹ ਕਰਦਾ ਜੇ ਤੁਹਾਡੇ ਜੇ ਪੋਜ਼ਿਟਿਵ ਐਟੀਟਿਊਡ ਹੈ ਨਾ ਤਾਂ ਤੁਹਾਨੂੰ ਕੋਈ दोस्तों सिद्धू मूसेवाले ने अपने सारे फैनस नूं लाइव बेनती क्यों कीती ते मूसेवाले दे गाने दी शूट दौरान कौन ते क्यों कर रहा सारा धोखे वाला काम पूरी खबर जानने तो पहला जेकर तुसीं भी सिद्धू दी सपोर्ट करदे हो तो इस वीडियो नूं वध तों वध लाइक अते शेयर करना ना भुलना अते ताज़ा खबरां दी जानकारी लई साडे चैनल नूं सबसक्राइब भी जरूर कर लेना जी हाँ दोस्तों आखिर सिद्धू मूसेवाले नूं खुद सामने आ के सारयां नूं इक तरह बेनती अते अपील क्यों करनी पई इस बारे सुन के तुसीं भी हैरान हो गए होवोगे पर जिवें कि तुहानूं सारयां नूं ही पता है कि पिछले तकरीबन 2 महीनों तो ही सिद्धू ने अपनी नवी एल्बम मूस टेप का ऐलान कर दिता सी अते उदों तो ही फैनस विच इस एल्बम लई काफ़ी ज़्यादा एक्साइटमेंट भी देखी जा रही सी ते सारे फैनस ही खुश सन कि हुण एक नहीं सगों सिद्धू दे कई गाने इकट्ठे ही सुनन नूं मिलणगे पर सिद्धू वल्लों उस दे नाल ही गाने की वीडियो शूट शुरू कर दी गई अते इस एल्बम की रिलीज़ नूं एक तरह डिले कर दिता गया कुछ समय दे लई भारत विच शूट करन तों बाद सिद्धू हुण यूके विच अपने गाने की शूट इस समय करते हुए दिखाई दे रहे हैं जिथे उन्हां दी पूरी टीम ही काफ़ी मेहनत करती भी दिखाई दे रही है पर इस वीडियो शूट दौरान बहुत सारे क्लिप्स फैनस वालों सोशल मीडिया से शेयर कर दिए गए जिस विच गाणियां दी शूटिंग हुंदी साफ देखी जा सकती है अते एक क्लिप्स काफी वायरल भी हो रहे हैं इसे करके ही सिद्धू ने अपने सोशल मीडिया तो खास तौर पर उन्होंने सारे फैनस नूं बेनती करते हुए एक अपील की लिखिया डोंट सर्कुलेट द स्निपेट्स ऑफ द शूट भाव के कृपा करके शूटिंग के क्लिप्स वायरल ना किए जाने जो कि सही भी है क्योंकि इस नाल काफ़ी नुकसान भी होंगे है क्योंकि सिद्धू गाने वड्डे पद्धर से तैयार कर रहे हैं जो कि रिलीज समय पता भी चल जाएगा प्रोपर एल्बम कढ़ांगे ते तक तक पा देनी है ते कोई टेंशन वाली गल नहीं है ठीक है ना ते कोई जिन्ना चिर तुसीं मेरे नाल लो पर आपां सारे गाने नवे तरीके नाल नवी लय नवे सुरताल च करांगे ते उम्मीद आ गया भी ਉਹ ਵੀ ਤੁਹਾਨੂੰ ਘੈਂਟ ਲੱਗਣਗੇ ਤੁਹਾਨੂੰ ਦੱਸ ਦਈਏ ਕਿ ਇੱਥੇ ਸਿਰਫ ਸਿੱਧੂ ਵੱਲੋਂ ਹੀ ਇਹ ਅਪੀਲ ਨਹੀਂ ਕੀਤੀ ਗਈ ਕਿ ਸ਼ੂਟਿੰਗ ਦੀਆਂ ਵੀਡੀਓਜ਼ ਕਲਿੱਪਸ ਵਾਇਰਲ ਨਾ ਕੀਤੀਆਂ ਜਾਣ ਇਸ ਤੋਂ ਪਹਿਲਾਂ ਵੀ ਕਿਹਾ ਜਾ ਚੁੱਕਿਆ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਅਪੀਲ ਕੀਤੀ ਸੀ ਕਿ ਪਤਾ ਨਹੀਂ ਕਿਉਂ ਇਹ ਕਲਿੱਪਸ ਵਾਇਰਲ ਕਰ ਦਿੰਦੇ ਹਨ ਜਿਸ ਨਾਲ ਕਾਫੀ ਨੁਕਸਾਨ ਹੁੰਦਾ ਹੈ ਇੱਕ ਯਾਰ ਇੱਥੇ ਨਾ ਵੀਡੀਓ ਬਹੁਤ ਲੀਕ ਕਰਦੇ ਆ ਸ਼ੂਟ ਤੋਂ ਅਸੀਂ ਦੇਖ ਲਓ ਕੁਛ ਵੀ ਨਹੀਂ ਪਾਉਂਦੇ ਪਰ ਪਤਾ ਨਹੀਂ ਚਲੋ ਪਿਆਰ ਕਰਨ ਵਾਲੇ ਹੁੰਦੇ ਆ ਉਹ ਦੂਰ ਖੜ ਖੁੜ ਕੇ ਫੋਟੋ ਫੋਟੋ ਪਾ ਦਿੰਦੇ ਇੱਦਾਂ ਹੁੰਦੀਆਂ ਮਿਹਨਤਾਂ ਦਿਨੇ ਸ਼ੂਟਿੰਗਾਂ ਤੇ ਰਾਤ ਨੂੰ ਐਡੀਟਿੰਗਾਂ ਮੈਂ ਨਾ ਫੁਟੇਜ ਵੀ ਦਿਖਾਣੀ ਹੈ ਮਾੜੀ ਦਿਖਾ ਦਈਏ ਮੂਸ ਟੇਪ ਨੇ ਬੰਦਿਆਂ ਦੀ ਨੀਂਦ ਅੜਾਈ ਪਈ ਹੈ ਬੰਬੀ ਹੋਣੇ ਸੁੱਖ ਸੰਘੇੜਾ ਜੋ ਕਿ ਸਿੱਧੂ ਦੀ ਮੂਸ ਟੇਪ ਐਲਬਮ ਦੇ ਗਾਣੇ ਦੀ ਸ਼ੂਟ ਇਸ ਸਮੇਂ ਵਿਦੇਸ਼ਾਂ ਵਿੱਚ ਕਰਦੇ ਦਿਖਾਈ ਦੇ ਰਹੇ ਹਨ ਉਹਨਾਂ ਦੀ ਪੂਰੀ ਟੀਮ ਦਿਨ ਰਾਤ ਇਸ ਦੇ ਲਈ ਇੱਕ ਕਰ ਰਹੀ ਹੈ ਜਿੱਥੇ ਦਿਨ ਵਿੱਚ ਗਾਣੇ ਦੀ ਵੀਡੀਓ ਸ਼ੂਟ ਹੁੰਦੀ ਹੈ ਉੱਥੇ ਹੀ ਰਾਤ ਨੂੰ ਗਾਣੇ ਐਡਿਟ ਵੀ ਕੀਤੇ ਜਾਂਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਫੈਨਸ ਲਈ ਐਲਬਮ ਰਿਲੀਜ਼ ਕੀਤੀ ਜਾ ਸਕੇ ਤੇ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਜਿਸ ਲੈਵਲ ਦੇ ਗਾਣੇ ਸਿੱਧੂ ਇਸ ਸਮੇਂ ਸ਼ੂਟ ਕਰ ਰਹੇ ਹਨ ਤਾਂ ਉਹਨਾਂ ਦੀ ਇਨਵੈਸਟਮੈਂਟ ਬਹੁਤ ਜ਼ਿਆਦਾ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿੰਨੇ ਵੀ ਹਾਲੀਵੁੱਡ ਦੇ ਆਰਟਿਸਟ ਸਿੱਧੂ ਆਪਣੇ ਨਾਲ ਲੈ ਰਹੇ ਹਨ ਉਹਨਾਂ ਦੀ ਪੇਮੈਂਟ ਦੀ ਗੱਲ ਕਰੀਏ ਤਾਂ ਉਹ ਵੀ ਲੱਖਾਂ ਵਿੱਚ ਹੀ ਦੇਖੀ ਜਾ ਸਕਦੀ ਹੈ ਇਸੇ ਕਰਕੇ ਹੀ ਹੁਣ ਸਿੱਧੂ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਇਹ ਨਾ ਸ਼ੂਟਿੰਗ ਵੀਡੀਓਜ਼ ਦੇ ਕਲਿੱਪਸ ਨਾ ਸ਼ੇਅਰ ਕੀਤੇ ਜਾਣ ਨਹੀਂ ਤਾਂ ਗਾਣਾ ਰਿਲੀਜ਼ ਸਮੇਂ ਉਹ ਸਰਪ੍ਰਾਈਜ਼ ਵੀ ਨਹੀਂ ਰਹਿੰਦਾ ਅਤੇ ਹੋ ਸਕਦਾ ਹੈ ਕਿ ਸਿੱਧੂ ਦੇ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੋਈ ਦੂਸਰਾ ਵੀ ਉਹਨਾਂ ਨੂੰ ਕਾਪੀ ਕਰਕੇ ਆਪਣਾ ਗਾਣਾ ਪਹਿਲਾਂ ਰਿਲੀਜ਼ ਕਰ ਦੇਵੇ ਜਿਸ ਨਾਲ ਮੁੱਦਾ ਹੋਰ ਵੀ ਜ਼ਿਆਦਾ ਭੱਕ ਸਕਦਾ ਹੈ ਤੁਹਾਡੀ ਇਸ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਸ ਦੇ ਨਾਲ ਹੀ ਇੰਸਟਾਗ੍ਰam ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ